ਬਹੁਤ ਇਤਿਹਾਸਕ ਘੜੀ ਹੈ ਗੁਰੂ ਦੀ ਕਿਰਪਾ ਨਾਲ ਅਸੀਂ ਸਾਰੇ ਭਰਾ ਇਕ ਹੋ ਕੇ ਬੈਠੇ ਆ ਮੈਂ ਇਹ ਸਾਰੀ ਸ਼ੁਭ ਘੜੀ ਦੀ ਪਹਿਲਾਂ ਪ੍ਰਮਾਤਮਾ ਦਾ ਧੰਨਵਾਦ ਕਰਦਾ ਫਿਰ ਸੰਗਤ ਦਾ ਧੰਨਵਾਦ ਕਰਦਾ ਫਿਰ ਸਾਰੀ ਲੀਡਰਸ਼ਿਪ ਦਾ ਧੰਨਵਾਦ ਕਰਦਾ ਜਿਹੜੇ ਸਾਰੇ ਇੱਕ ਮਨ ਇੱਕ ਚਿੱਤ ਹੋ ਕੇ ਦਿਲ ਜੋੜ ਕੇ ਅੱਜ ਸਾਰੇ ਅਸੀਂ ਇਕੱਠੇ ਬੈਠੇ ਆ ਕਿਉਂ ਬੈਠੇ ਆ ਕਾਰਨ ਕੀ ਹੈ ਮੈਂ 2 ਕੁ ਮਿੰਟ ਲਵਾਂਗਾ ਤੇ ਮੈਂ ਸਾਰੀ ਸੰਗਤ ਨੂੰ ਅਪੀਲ ਕਰਾਂ ਕਿ ਬਹੁਤ ਹੀ ਸੰਕਟ ਦੀ ਘੜੀ ਦੇ ਅਸੀਂ ਇਕੱਠੇ ਹੋਏ ਆ ਧਿਆਨ ਨਾਲ ਮੇਰੀ ਗੱਲ ਨੂੰ ਸੁਣਦਾ ਯਤਨ ਕਰਿਓ ਇਹ ਕੋਈ ਆਮ ਇਕੱਠ ਨਹੀਂ ਕਿ ਆਮ ਇਕੱਠ ਹੈ ਅਸੀਂ ਇਕੱਠੇ ਹੋ ਕੇ ਬੈਠ ਗਏ ਆ ਕੋਈ ਇਹਦੇ ਚੋ ਲੋਭ ਲਾਲਚ ਹੈ ਕੋਈ ਇਹਦੇ ਚੋ ਪ੍ਰਾਪਤੀਆਂ ਨੇ ਪ੍ਰਾਪਤੀਆਂ ਹੈ ਗੁਰੂ ਦੇ ਬਲਾਪ ਦੀਆਂ ਤਾਕਤ ਦੀਆਂ ਪ੍ਰਾਪਤੀਆਂ ਨਹੀਂ ਅੱਜ ਜੋ ਸਾਡੇ ਬਜ਼ੁਰਗਾਂ ਨੇ 102 ਸਾਲ ਪਹਿਲਾਂ 100-100 ਬੰਦੇ ਨੇ ਇੱਕਦਮ ਇੱਕ ਘੜੀ ਸ਼ਹੀਦੀ ਦੇ ਕੇ ਇਹ ਪ੍ਰਾਪਤ ਕੀਤਾ ਸੀ ਧਰਮ ਦਾ ਸਾਡਾ ਏਕਾ ਉਹ ਏਕਾ ਤੋੜਿਆ ਜਾ ਰਿਹਾ ਹੈ ਅੱਜ ਹੁਣੇ ਹੀ ਥੋੜੇ ਦਿਨ ਪਹਿਲਾਂ ਤੁਸੀਂ ਸਾਰਿਆਂ ਨੇ ਪੰਜਾ ਸਾਹਿਬ ਦਾ ਸਾਕਾ ਤੇ ਗੁਰੂ ਕੇ ਬਾਗ ਦੇ ਮੋਰਚੇ ਦਾ ਇਤਿਹਾਸ ਬਣਾ ਕੇ ਹਟੇ ਹੋ ਉਸ ਕੀ ਸੀ ਪੰਜਾ ਸਾਹਿਬ ਦਾ ਸਾਕਾ ਤੇ ਗੁਰੂ ਕੇ ਬਾਗ ਦਾ ਮੋਰਚਾ ਇੱਕੋ ਇਤਿਹਾਸ ਦੀਆਂ ਦੋ ਕੜੀਆਂ ਨੇ ਗੁਰੂ ਕੇ ਬਾਗ ਦਾ ਮੋਰਚਾ ਲੱਗਿਆ ਸੀ ਉਹਨਾਂ ਸਿੰਘਾਂ ਨੂੰ ਫੜ ਕੇ ਅਟਕ ਜੇਲ੍ਹ ਚ ਲਿਆ ਰਹੇ ਸੀ ਗੱਡੀ 8 ਘੰਟੇ ਬੰਦ ਜਾ ਰਹੀ ਸੀ ਪੰਜਾਬ ਸਾਹਿਬ ਪਤਾ ਲੱਗਿਆ ਸਿੰਘਾਂ ਨੂੰ ਕਿ ਗੱਡੀ ਚ ਭੁੱਖੇ ਇਤਿਹਾ ਸਿੰਘ ਆ ਰਹੇ ਨੇ ਉਹਨਾਂ ਨੇ ਮਤਾ ਕੀਤਾ ਗੁਰਦੁਆਰੇ ਅਰਦਾਸ ਕੀਤੀ ਅਰਦਾਸ ਕਰਕੇ ਕਿਹਾ ਕਿ ਅਸੀਂ ਲੰਗਰ ਛਕੋਣਾ ਹੈ ਜੋ ਅੰਗਰੇਜ਼ ਉਸ ਵੇਲੇ ਮੈਨੇਜਰ ਸੀ ਸਟੇਸ਼ਨ ਮਾਸਟਰ ਉਹ ਕਹਿੰਦਾ ਇੱਥੇ ਹੁਕਮ ਨਹੀਂ ਗੱਡੀ ਰੁਕੜਦਾ ਕਾਕਾ ਚੁੱਪ ਕਰੋ ਗੱਡੀ ਹੁਕਮ ਦਾ ਗੱਡੀ ਰੋਕੜਦਾ ਹੁਕਮ ਨਹੀਂ ਸਿੰਘਾਂ ਨੇ ਕਿਹਾ ਕਹਿੰਦੇ ਨਹੀਂ ਰੁਕੇਗੀ ਸਿੰਘ ਅਰਦਾਸ ਕਰਕੇ ਗੱਡੀ ਦੇ ਅੱਗੇ ਬੈਠ ਗਏ ਔਰ ਕਿਹਾ ਕਿ ਜੀਨੇ ਹੁਣ ਗੁਰੂ ਦੇ ਅੱਗੇ ਸਿਰ ਦੇਣਾ ਹੈ ਗੁਰੂ ਵਾਸਤੇ ਉਹ ਆਜੋ ਬਾਕੀ ਲਾਈਨ ਤੋਂ ਪਿੱਛੇ ਹਟ ਜਾਓ ਸਣੇ ਪਰਿਵਾਰ ਸਣੇ ਮਾਤਾਵਾ ਉਹਨਾਂ ਦੇ ਨਾਲ ਬੈਠੇ ਸੀ ਗੱਡੀ ਆਈ ਉਹਨੇ ਹਾਰਨ ਦਿੱਤੇ ਲੇਕਿਨ ਨਹੀਂ ਸਿੰਘ ਉੱਠੇ ਸਤ ਸਿੰਘ ਸ਼ਹੀਦ ਹੋਏ ਗੱਡੀ ਰੁਕੀ ਸੁਣੋ ਇਤਿਹਾਸਕ ਮੈਂ ਨਹੀਂ ਕਹਦਾ ਅੰਗਰੇਜ਼ ਦਾ ਇਤਿਹਾਸ ਹੈ ਕੇਸ ਚੱਲਿਆ ਉਸ ਡਰਾਈਵਰ ਤੇ ਉਹ ਰਾਈ ਸੀ ਮੁਸਲਮਾਨ ਉਹਨੂੰ ਡਿਸਮਿਸ ਕੀਤਾ ਅੰਗਰੇਜ਼ ਨੇ ਕਿਤੇ ਗੱਡੀ ਕਿਉਂ ਰੋਕੀ ਹੈ ਇਹ ਉਹਦੇ ਬਿਆਨ ਨੇ ਜਿਹੜੇ ਕੋਰਟ ਦੇ ਉਹਦੇ ਬਿਆਨ ਨੇ ਕਿਤੇ ਨੌਜਵਾਨ ਬੱਚਿਆਂ ਨੂੰ ਮੈਂ ਕਹਿਣਾ ਚਾਹੁੰਨਾ ਅੱਜ ਅਸੀਂ ਨਿੱਕੇ ਨਿੱਕੇ ਲਾਲਚਾਂ ਪਿੱਛੇ ਵਿਕਦੇ ਆਂ ਔਰ ਨਿੱਕੇ ਨਿੱਕੇ ਲਾਲਚਾਂ ਪਿੱਛੇ ਗੋਡੇ ਟੇਕਦੇ ਆਂ ਸਰਕਾਰਾਂ ਅੱਗੇ ਉਸ ਰਾਹੀਂ ਨੇ ਕਿਹਾ ਡਰਾਈਵਰ ਨੇ ਕਹਿੰਦੇ ਮੈਂ ਗੱਡੀ ਨਹੀਂ ਰੋਕੀ ਕਹਿੰਦੇ ਹੋਰ ਕਿਨੇ ਰੋਕੀ ਐ ਉਹ ਕਹਿੰਦਾ ਜਦੋਂ ਮੇਰੀ ਗੱਡੀ ਟਕਰਾਈ ਸਿੰਘਾਂ ਨਾਲ ਮੈਨੂੰ ਆ ਲੱਗਿਆ ਜਿਵੇਂ ਪਹਾੜ ਚ ਟੱਕਰ ਵੱਜੀ ਹੁੰਦੀ ਐ ਤੇ ਮੇਰਾ ਹੱਥ ਛੁੱਟ ਗਿਆ ਸਟੀਅਰਿੰਗ ਤੋਂ ਗੱਡੀ ਰੁਕ ਗਈ ਗੱਡੀ ਰੁਕ ਗਈ ਤਾਂ ਜਦੋਂ ਸਿੰਘਾਂ ਨੂੰ ਕੱਢਣ ਲੱਗੇ ਗੱਡੀ ਅੱਗੋਂ ਹਜੇ ਸੈਕਦੇ ਸੀ ਉਹਨੇ ਕਿਹਾ ਨਹੀਂ ਉਹ ਮਾਤਾਵਾਂ ਨਾ ਸੀ ਉਹਨਾਂ ਦੇ ਜੋ ਘਰੋਂ ਮਾਤਾਵਾਂ ਸੀ ਕਿ ਨਹੀਂ ਪਹਿਲਾਂ ਸਿੰਘਾਂ ਨੂੰ ਲੰਗਰ ਛਕਾਓ ਸਾਨੂੰ ਬਾਅਦ ਚ ਕੱਢਿਓ ਸਾਸਿ ਸਹੀਦ ਹੋਏ ਇਹ ਪੰਜਾ ਸਾਹਿਬ ਦਾ ਸਾਕ ਹੈ ਤੇ ਗੁਰੂ ਕੇ ਬਾਗ ਦੇ ਮੋਰਚੇ ਦੀ ਘਟਨਾ ਹੈ ਇਹ ਇੱਕ ਘਟਨਾ ਜੇ ਮੈਂ ਸਾਰਿਆਂ ਤੇ ਜਾਵਾਂ ਬਹੁਤ ਲੰਬਾ ਇਤਿਹਾਸ ਹੈ ਮੈਂ ਨਹੀਂ ਕਹਿੰਦਾ ਨਾ ਇਹ ਕੋਈ ਸਦੀਆਂ ਦਾ ਇਤਿਹਾਸ ਹੈ 102 ਸਾਲ ਪਹਿਲਾਂ ਦਾ ਇਤਿਹਾਸ ਹੈ ਔਰ ਇਹਨੂੰ ਲਿਖਿਆ ਕਿਨੇ ਅੰਗਰੇਜ਼ ਦੀ ਡਾਇਰੀ ਐ ਸੀਆਈਡੀ ਦੀ ਉਹਦੇ ਮੁਤਾਬਕ ਹੈ ਸਾਰਾ ਉਹ ਕਿਹੜੀ ਸ਼ਕਤੀ ਸੀ ਉਹ ਗੁਰੂ ਦੀ ਸ਼ਕਤੀ ਸੀ ਜਿਹੜੀ ਸਿੰਘਾਂ 'ਚ ਆਈ ਔਰ ਜਿਹਦੇ ਨਾਲ ਉਹ ਗੱਡੀ ਰੁਕੀ ਔਰ ਲੰਗਰ ਸ਼ਿਕਾਇਤ ਇਹ ਸਿੰਘਾਂ ਨੂੰ ਤਾਕਤ ਦਿੱਤੀ ਸ਼ਹੀਦ ਹੋਣ ਦੀ ਤੇ ਇਹੀ ਨਰਗਣਾ ਸਾਹਿਬ ਦਾ ਸੱਕ ਹੈ ਕਿ 12 ਸਾਲ ਦਾ ਬੱਚਾ ਵੀ ਪਿੱਛੇ ਨਹੀਂ ਹਟਿਆ ਉਹਨੇ ਅੱਗੇ ਵੀ ਕਿਹਾ ਕਿ ਮੈਂ ਵੀ ਅੱਗੇ ਹੀ ਆ ਇਸ ਕਰਕੇ ਇਹਨਾਂ ਸ਼ਹੀਦਾਂ ਤੋਂ ਬਾਅਦ ਜਦੋਂ ਆਖਰੀ ਜੈਤੋ ਦਾ ਮੋਰਚਾ ਆਇਆ ਤਾਂ ਇੱਕ ਬੀਬੀ ਸੀ ਉਹ ਬੀਬੀ ਨੇ ਗੋਹੇ ਦਾ ਬੱਠਲ ਸਿਰ ਤੇ ਪੁੱਛੜ ਬੱਚਾ ਸੀ ਉਹ ਕਹਿੰਦੇ ਆ ਕਹਿੰਦੇ ਮੇਰਾ ਸਿਰ ਜਾਵੇ ਤਾਂ ਜਾਵੇ ਮੇਰਾ ਸਿੱਖੀ ਸਿੱਧਕਾ ਜਾਵੇ ਕੀ ਕਰਦੇ ਨੇ ਕਿੱਧਰ ਜਾਂਦੇ ਨੇ ਕਹਿੰਦੇ ਜੀ ਗੁਰੂ ਗ੍ਰੰਥ ਸਾਹਿਬ ਦੀ ਖੰਡਿਤ ਹੋ ਗਿਆ ਬੇਅਦਵੀ ਹੋ ਗਈ ਇਹ ਉਹਦੇ ਵਾਸਤੇ ਸ਼ਹੀਦੀ ਜਥਾ ਜਾ ਰਿਹਾ ਬੱਠਲ ਸਿੱਟਿਆ ਮੂਰੇ ਲੱਗੀ ਢੰਡਾ ਫੜ ਕੇ ਉਹ ਕਹਿੰਦੇ ਭਾਈ ਬੀਬੀ ਤੂੰ ਕੀ ਕਰਦੀ ਹੈ ਬੱਚਾ ਤੇਰੇ ਕੋਲੇ ਹੈ ਤੂੰ ਹੁਣ ਬੱਠਲ ਚੱਕੀ ਜਾਂਦੀ ਸਿਸ ਤਾਂ ਉੱਥੇ ਤਾਂ ਗੋਲੀ ਚੱਲਦੀ ਹੈ ਉਹ ਕਹਿੰਦੇ ਫਿਰ ਮੈਂ ਨਹੀਂ ਜਾ ਸਕਦੀ ਜੇ ਤੁਸੀਂ ਜਾ ਸਕਦੇ ਹੋ ਮੈਂ ਜਾਵਾਂਗੀ ਗੋਲੀ ਆਈ ਅੱਗੋਂ ਉੱਚੇ ਥਾਂ ਤੇ ਉਹ ਟਿੱਬੀ ਸਾਹ ਜਾਇਓ ਕਿਤੇ ਜਾਇਓ ਉੱਥੇ ਜੈਤੋ ਗੁਰਦੁਆਰਾ ਸਾਹਿਬ ਜਿੱਥੇ ਮੋਰਚਾ ਸੀ ਉੱਤੋਂ ਗੋਲੀ ਚੱਲਦੀ ਸੀ ਬੱਚੇ ਦੇ ਗੋਲੀ ਲੱਗੀ ਬੱਚਾ ਸ਼ਹੀਦ ਹੋ ਗਿਆ ਚੁੰਨੀ ਪਾੜੀ ਅੱਧੀ ਉੱਤੇ ਪਾਈ ਝੰਡਾ ਚੱਕ ਕੇ ਤੁਰਪੀ ਪਾਦਰੀ ਮਗਰ ਦੇਖ ਰਿਹਾ ਸੀ ਪਾਦਰੀ ਮਗਰ ਦੇਖ ਰਿਹਾ ਸੀ ਦੂਰਬੀਨ ਨਾਲ ਉਹ ਕਹਿੰਦਾ ਬਸ ਕਰ ਹੁਣ ਜ਼ੁਲਮ ਇਸ ਕੌਮ ਨੂੰ ਝੁਕਾ ਲੋਂਗੇ ਇਹਦੀਆਂ ਬੀਬੀਆਂ ਆਪਦੇ ਬੱਚੇ ਨੂੰ ਸ਼ਹੀਦ ਕਰਕੇ ਉੱਤੇ ਅੱਧੀ ਚੁੰਨੀ ਪਾੜ ਕੇ ਕਫਨ ਦੇ ਸਕਦੇ ਆ ਤੇ ਝੰਡਾ ਫੜ ਕੇ ਫੇਰ ਅੱਗੇ ਲੱਗ ਸਕਦੇ ਨੇ ਪੰਜਾਂ ਚਮੁਰੇ ਇਹ ਝੁਕ ਨਹੀਂ ਸਕਦੇ ਆਖਰ ਜਿੱਤ ਫਿਰ ਉਸ ਤੋਂ ਬਾਅਦ ਅੰਗਰੇਜ਼ ਪਿੱਛੇ ਹਟਿਆ ਅੰਗਰੇਜ਼ ਝੁਗ ਗਿਆ ਮੁਗਲ ਝੁਗ ਗਿਆ ਕਾਂਗਰਸ ਲੱਗੀ ਰਹੀ 50 ਸਾਲ ਤੇ ਸਾਰਾ ਜੋਰ ਲਾ ਕੇ ਥੱਕੇ ਨੇ ਤੇ ਅਖੀਰ ਉਹੀ ਉਹੀ ਡੇਰਾਬਾਦ ਫੇਰ ਪੈਦਾ ਕਰਨਾ ਕਹਿੰਦੇ ਜਿਸ ਦਾ ਤਾਂ ਤੋੜਤੀ ਪਟਨਾ ਸਾਹਿਬ ਅਡ ਬੋਰਡ ਹੈ ਇਹ ਜੀ ਬੋਰਡ ਅਡ ਫਲਾਣਾ ਹਜੂਰ ਸਾਹਿਬ ਹੈ ਏ ਜੀ ਦਿੱਲੀ ਅੱਡਾ ਨਾ ਦਿੱਲੀਏ ਸੈਕਟਰ ਦੇ ਵਿੱਚ ਸੀ ਉਦੋਂ ਨਾ ਪਟਨਾ ਸਾਹਿਬ ਸੀ ਨਾ ਹਜੂਰ ਸਾਹਿਬ ਸੀ ਉਹ ਬੋਰਡ ਸੀ ਤੇ ਅੱਜ ਬੋਰਡ ਦਾ ਹਾਲ ਕੀ ਆ ਬੋਰਡਾਂ ਦਾ ਤੇ ਜਿਹੜਾ 40 ਮੈਂਬਰੀ ਇੱਥੇ ਬਣਾ ਤਾਂ ਹਾਲ ਕੀ ਆ ਸਾਰੇ ਸਾਰੇ ਖੱਟਰ ਦੇ ਚਰ ਰਜ ਬੈਠੇ ਨੇ ਹੁਣ ਸਾਡੇ ਪ੍ਰਧਾਨ ਗੁਰਦੁਆਰਾ ਸਾਹਿਬ ਦਾ ਪ੍ਰਬੰਧ ਸਰਕਾਰ ਚ ਲਾਇਆ ਕਰੂਗੀ ਕੱਲ ਨੂੰ ਕੋਈ ਹੋਰ ਆਜੂ ਉਹ ਸਰਕਾਰ ਚ ਲਾਊਗੀ ਪਰਸੋਂ ਕੋਈ ਹੋਰ ਕੇਸ ਕਟਿਆਲੀ ਸਰਕਾਰ ਆਜੂ ਉਹ ਚਲਾਊਗੀ ਕੀ ਸਾਡੇ ਬਜ਼ੁਰਗਾਂ ਦੀ ਸਾਡੇ ਚ ਇਨੀ ਗੈਰਤ ਨਹੀਂ ਕਿ ਅਸੀਂ ਗੋਲੀ ਨਹੀਂ ਖਾ ਸਕਦੇ ਅਸੀਂ ਇਕੱਠੇ ਹੋ ਕੇ ਤਾਂ ਤੁਰ ਸਕਦੇ ਆ ਇਸ ਕਰਕੇ ਅੱਜ ਇਹ ਸੰਕਟ ਦੀ ਘੜੀ ਦੇ ਵਿੱਚ ਅੱਜ ਇਹ ਜਿਹੜਾ ਪੰਥ ਸੰਕਟ ਧਰਮ ਸੰਕਟ ਹੈ ਅਕਾਲੀ ਦਲ ਦਾ ਨੁਕਸਾਨ ਥੋੜਾ ਕਣਾ ਹੋ ਜੇ ਜਰਿਆ ਜਾ ਸਕਦਾ ਹੈ ਰਾਜ ਨਾ ਆਵੇ ਜਰਿਆ ਜਾ ਸਕਦਾ ਹੈ ਲੇਕਿਨ ਜੇ ਸਾਡਾ ਧਰਮ ਜਾਂਦਾ ਫਿਰ ਸਾਡੇ ਪੱਲੇ ਕੀ ਫਿਰ ਅਸੀਂ ਸਿੱਖ ਆ ਤੋਂ ਕਹੋਨੇ ਆ ਅਸੀਂ ਜੇ ਗੋਲੀ ਨਹੀਂ ਖਾ ਸਕਦੇ ਸ਼ਹੀਦੀ ਨਹੀਂ ਦੇ ਸਕਦੇ ਸਿਰ ਜੋੜ ਕੇ ਨਹੀਂ ਬੈਠ ਸਕਦੇ ਇਸ ਕਰਕੇ ਅੱਜ ਇਸ ਸਮੇਂ ਤੇ ਮੈਂ ਧਰਵਾਦ ਕਰਨਾ ਸਰਨਾ ਸਾਹਿਬ ਦਾ ਤੇ ਮੈਂ ਪ੍ਰਧਾਨ ਸਾਹਿਬ ਦਾ ਵੀ ਧੰਨਵਾਦ ਕਰਦਾ ਆ ਸਪੀਤ ਸਿੰਘ ਬਾਦਲ ਜੀ ਦਾ ਪ੍ਰਧਾਨ ਸ਼੍ਰੋਮਣੀ ਕਾਲੀ ਦਲ ਦੇ ਇਹਨਾਂ ਦੀ ਜ਼ਿੰਮੇਵਾਰੀ ਹੈ ਵੱਡੇ ਹੈ ਕਿ ਮੈਂ ਕਹਿੰਦਾ ਜੋੜੇ ਲਾ ਕੇ ਨੰਗੇ ਪੈਰ ਕਰਕੇ ਘਰ ਘਰ ਜਾਓ ਆਓ ਸਾਰੇ ਪੰਥ ਨੂੰ ਇਕੱਠਾ ਕਰੀਏ ਇਕੱਠਾ ਕਰਕੇ ਮਿਲ ਕੇ ਬੈਠੀਏ ਪੰਥ ਕੇਕਤਾ ਕਰੀਏ ਔਰ ਉਹ ਸਿੱਖਤਾ ਦੇ ਨਾਲ ਜਗਰੇਸ਼ ਹੁਕ ਸਕਦਾ ਹੈ ਮੁਗਲ ਪਿੱਛੇ ਹਟ ਸਕਦਾ ਹੈ ਕਾਂਗਰਸ ਪਿੱਛੇ ਹਟ ਸਕਦੀ ਹੈ ਇਹ ਕਿਹੜੇ ਬਾਗ ਦੀ ਮੂਲੀ ਨੇ ਇਹ ਵੀ ਕੋਈ ਵੱਡੀ ਤਾਕਤ ਨਹੀਂ ਅੱਜ ਕੋਈ ਸੋਹਿਆ ਸੋਹਿਆ ਆਲ ਕੀ ਅੱਜ ਜਿਵੇਂ ਟਰਸਟ ਬਣਾ ਕੇ ਬੰਦਰਾਂ ਦੇ ਚਲਾ ਰਹੇ ਨੇ ਡੀਸੀ ਐਸਪੀ ਪ੍ਰਬੰਧ ਕੀ ਸਾਡੇ ਉਹ ਟਰਸਟ ਬਣ ਕੇ ਪ੍ਰਬੰਧ ਚੱਲਿਆ ਕਰਨਗੇ ਉਹ ਬੋਰਡ ਨੇ ਪੜ ਲਓ ਦੇਖੋ ਕੀ ਹੋ ਜਾਂਦਾ ਹਰਿਆਣੇ 'ਚ ਹਰਿਆਣੇ 'ਚ ਹੋ ਕੀ ਰਿਹਾ 40 ਮੈਂਬਰ ਨੇ ਅਜੇ ਬਣੇ ਨਹੀਂ ਨੋਮੀਨੇਟਰ ਇਹਨਾਂ ਦੇ ਔਰ 40 ਚੋਂ 4 ਪ੍ਰਧਾਨ ਬਣ ਗਏ ਔਰ ਚਾਰੇ ਖੱਟਰ ਸਾਹਿਬ ਦੇ ਪੈਰਾਂ 'ਚ ਬੈਠੇ ਨੇ ਉਹ ਕਹਿੰਦਾ ਮੈਨੂੰ ਬਣਾਓ ਕਹਿੰਦਾ ਮੈਨੂੰ ਬਣਾ ਹੁਣ ਸਾਡਾ ਪ੍ਰਬੰਧ ਸਾਡੇ ਗੁਰੂ ਘਰਾਂ ਦਾ ਸਾਡੀ ਗੈਰਤ ਇੰਨੀ ਅਸੀਂ ਨੀਵੇਂ ਚਲੇ ਗਏ ਕੱਲ ਤੱਕ ਸਾਰ ਸੁਖਵੀਰ ਸਿੰਘ ਬਾਦਲ ਸਾਡੀ ਜਿੰਦ ਜਾਨ ਹੈ ਸਾਡਾ ਰੋਂ ਰੋਂਬ ਸਸਬੀਰ ਸਿੰਘ ਬਾਦਲ ਦਾ ਹੈ ਅੱਜ ਪੰਥ ਕੇਕਤਾ ਮੈਂ ਸਰਨਾ ਸਾਹਿਬ ਦਾ ਧੰਨਵਾਦ ਕਰਦਾ ਸਾਰੇ ਇਹਨਾਂ ਦੇ ਜਿਹਨੇ ਸਾਥ ਹੀ ਆ ਵਰਕਰ ਧੰਨਵਾਦ ਕਰਦਾ ਕਿ ਸੰਕਟ ਦੀ ਘੜੀ ਚ ਪੰਥ ਕੇਕਤਾ ਨਾਲ ਅਸੀਂ ਜੁੜ ਕੇ ਬੈਠੇ ਆ ਲੇਕਿਨ ਉਹ ਜਿਹੜੇ ਸਾਡੇ ਮਿੱਤਰ ਸੀ ਦੁੱਖ ਆਉਂਦਾ ਮੈਂ ਕਿਸੇ ਦੇ ਖਿਲਾਫ ਕੁਝ ਨਹੀਂ ਬੋਲਣਾ ਜੋੜਨ ਦੀ ਘੜੀ ਹੈ ਮੈਂ ਉਹਨਾਂ ਨੂੰ ਅਪੀਲ ਕਰਦਾ ਅੱਜ ਵੀ ਗੁਰੂ ਨੂੰ ਯਾਦ ਕਰੋ ਇਹ ਜ਼ਿੰਦਗੀ ਨਹੀਂ ਰਹਿਣੀ ਕੋਈ ਇੱਥੇ ਰਿਆ ਨਹੀਂ ਇਸ ਕਰਕੇ ਜੇ ਰਾਜਾ ਨਹੀਂ ਰਿਹਾ ਤੇ ਫਕੀਰ ਨਹੀਂ ਰਿਹਾ ਤੁਸੀਂ ਅਸੀਂ ਕੌਣ ਆ ਰਹਿਣ ਵਾਲੇ ਆ ਉਹ ਚੰਦ ਲਾਲਚਾਂ ਪਿੱਛੇ ਆ ਜਾ ਕੇ ਗੋਡੇ ਟੇਕਦੇ ਹੋ ਭਰਾਵਾਂ ਨੂੰ ਗਾਲਾਂ ਕੱਢਦੇ ਹੋ ਆਪਦੇ ਗੁਰੂ ਨੂੰ ਗਾਲਾਂ ਕੱਢਦੇ ਹੋ ਅੱਜ ਹੀ 10 ਕਰੋੜ ਲੈ ਲਿਆ ਸੁਖਵੀਰ ਨੇ ਮੈਂ ਉਹਨਾਂ ਭਰਾਵਾਂ ਨੂੰ ਪੁੱਛਣਾ ਚਾਹ ਰਾ ਹਾਂ ਤੁਹਾਨੂੰ ਗੁਰੂ ਮਤ ਦੇਵੇ ਉਹ ਤੁਸੀਂ ਕਿੰਨੇ ਕਰੋੜ ਦੇ ਕੇ ਲਏ ਸੀ ਐਮਐਲਪੜੇ ਸਾਥੋਂ ਤੁਸੀਂ ਕਿਹਦਾ ਕੁਝ ਕਿਹਾ ਸੀ ਬਹਿ ਤਾਂ ਕੱਲੀ-ਕੱਲੀ ਚੀਜ਼ ਦਾ ਅਗਵਾ ਗੁਰੂ ਦੀ ਕਿਰਪਾ ਨਾਲ ਆ ਜਿਹੜੀ ਦਿੱਲੀ ਕਮੇਟੀ ਬਣੀ ਹੈ ਪਹਿਲਾ ਜਥਾ ਪਹਿਲੇ ਬੰਦੇ ਆ ਕੇ ਅਸੀਂ ਐਂਟਰ ਕੀਤੇ ਮੇਰੀ ਉਮਰ 23 ਸਾਲ ਸੀ ਉਹ ਸੰਤ ਵਦੇਸੂ ਦਾ ਬੱਚਾ ਦਾ ਪਹਿਲਾ ਆਇਆ ਸੀ ਉਦੋਂ ਵੀ ਸਾਡੇ ਖਿਲਾਫ ਹੀ ਬਗਾ ਸੀ ਸਾਨੂੰ ਕਹਿੰਦੇ ਸੀ ਗਦਾਰ ਹੈ ਤੇ ਲੇਕਿਨ ਜਿਹੜੇ ਕੌਮਾਂ ਦੇ ਗਦਾਰ ਕਹੇ ਨੇ ਸਰਕਾਰਾਂ ਵੇਲੇ ਜਦੋਂ ਬਣ ਜਾਂਦੀਆਂ ਸਰਕਾਰਾਂ ਉਹ ਸਰਦਾਰ ਹੁੰਦੇ ਨੇ ਸਰਦਾਰ ਭਗ ਸਿੰਘ ਨੂੰ ਵੀ ਕਿਸੇ ਵੇਲੇ ਗਦਾਰ ਕਿਹਾ ਸੀ ਅੱਜ ਉਹ ਸਰਦਾਰ ਹੈ ਅੱਜ ਦੁਨੀਆ ਪੂਜ ਰਹੀ ਹੈ ਇਸ ਕਰਕੇ ਹਮੇਸ਼ਾ ਜਿੰਨਾਂ ਨੂੰ ਸਰਕਾਰਾਂ ਗਦਾਰ ਕਹਿੰਦੀਆਂ ਨੇ ਉਹ ਸਰਦਾਰ ਹੁੰਦੇ ਨੇ ਅੱਜ ਸਾਡੇ ਲੋਕਾਂ ਦੇ ਬੜੇ ਕਿੰਤੂ ਹੋ ਰਹੇ ਨੇ ਇਸ ਕਰਕੇ ਮੈਂ ਉਹਨਾਂ ਦੇ ਕਿੰਤੂ ਪ੍ਰਾਂਤੂ ਨਹੀਂ ਜਾਂਦਾ ਮੈਂ ਦਿੱਲੀ ਨੂੰ ਵੀ ਕਹਿਣਾ ਚਾਹਾਂਗਾ ਕਿ ਤੁਸੀਂ ਗੁਰਦੁਆਰਾ ਚ ਮਹੰਤਰੀ ਲੱਗਣਾ ਤੁਸੀਂ ਡੇਰਾਬਾਦ ਦੁਆਰਾ ਨਾ ਬਣਾਓ ਦੁਆਰਾ ਮਹੰਤਾ ਕੋਲੇ ਕਬਜ਼ੇ ਨਾ ਦਿਓ ਮਹੰਤਾ ਨੂੰ ਕਬਜ਼ੇ ਦੇਣ ਲੱਗੇ ਹੋ ਜਿਵੇਂ ਨਰੈਣੂ ਮਹੰਤੋਰੀ ਕਰਦੇ ਸੀ ਸ਼ਰਾਬਾਂ ਗੁਰਦੁਆਰਾ ਜਿੱਨਕਲਦੀਆਂ ਸੀ ਔਰ ਬੇਅਦਬੀਆਂ ਹੁੰਦੀਆਂ ਸੀ ਔਰ ਉਸ ਤਰ੍ਹਾਂ ਦੇ ਹਾਲਾਤ ਤੁਸੀਂ ਪੈਦਾ ਕਰਨ ਲੱਗੇ ਹੋ ਕਿ ਇਸ ਕੌਮ ਨੂੰ ਖੇਰੂ ਖੇਰੂ ਕਰ ਦਈਏ ਤਾਕੇ ਕੌਮ ਦੀ ਇਕਤਾ ਦੇ ਵਿੱਚੋਂ ਬੜੀ-ਬੜੀ ਸ਼ਕਤੀ ਆ ਉਹ ਤੋੜ ਲੱਗਿਓ ਇਹੀ ਮੁਗਲ ਕਰਦਾ ਸੀ ਇਹੀ ਅੰਗਰੇਜ਼ ਕਰਦਾ ਸੀ ਇਹੀ ਕਾਂਗਰਸ ਕਰਦੀ ਸੀ ਇਹੀ ਅੱਜ ਹੋਣ ਲੱਗਿਆ ਇਸ ਕਰਕੇ ਵੀਰੋ ਅੱਜ ਸਾਨੂੰ ਸਭ ਨੂੰ ਮੈਂ ਨੌਜਵਾਨ ਪੀੜ੍ਹੀ ਨੂੰ ਕਹਿਣਾ ਚਾਹਨਾ ਤਾਕਤਾਂ ਨਾਲ ਨਹੀਂ ਜ਼ਿੰਦਗੀ ਚੱਲਦੀ ਜ਼ਿੰਦਗੀ ਸੂਲਾਂ ਨਾਲ ਚੱਲਦੀ ਹੈ ਧਰਮ ਦੇ ਸਹਾਰੇ ਚੱਲਦੀ ਹੈ ਪਰਮਾਤਮਾ ਹੈ ਸਭ ਕੁਝ ਉਹ ਦੇਣ ਵਾਲਾ ਹੈ ਕੁਛ ਨਹੀਂ ਜੋ ਨਿਮਰਤਾ ਹੈ ਗਰੀਬੀ ਹੈ ਇਹ ਤਕੜੀ ਹੈ ਇਸ ਕਰਕੇ ਮਾਝੇ ਸਮੇਂ ਤੇ ਇਸ ਸਾਰੀ ਪੰਥਕ ਇਕਤਾ ਤੇ ਸਾਰਿਆਂ ਨੂੰ ਵਧਾਈ ਦਿੰਦਾ ਹੋਇਆ ਆਸ ਕਰਦਾ ਕਿ ਜਿਹੜੇ ਹੋਰ ਵੀ ਸਾਡੇ ਵੀਰ ਆਸੇ ਪਾਸੇ ਨੇ ਛੜਦੇ ਉਹ ਦੁੱਬਦਾ ਆਓ ਜੁੜ ਕੇ ਬੈਠੀਏ ਆਓ ਪੰਥਕ ਇਕਤਾ ਨਾਲ ਜੋ ਸਾਡੇ ਦੇ ਬੜਾ ਵੱਡਾ ਹਮਲਾ ਸਾਡੇ ਧਰਮ ਤੇ ਹੋ ਰਿਹਾ ਹੈ ਇਹ ਸੰਭਲੇ ਨਾਲ ਟੱਕਰ ਲਈਏ ਤਾਂ ਕਿ ਗੁਰੂ ਕੋਲੇ ਜਾ ਕੇ ਗੁਰੂ ਦੇ ਬੋਖੂ ਜਲਾ ਲੈ ਕੇ ਜਾਈਏ ਕਿ ਅਸੀਂ ਆਪਣਾ ਰੋਲ ਕੀਤਾ ਗੁਰੂ ਅੱਗੇ ਤੇਰੀ ਜੋ ਕਿਰਪਾ ਕਰੇਗਾ ਉਹ ਸਾਨੂੰ ਮਨਜ਼ੂਰ ਹੈ ਸੋ ਇਹਨਾਂ ਲਫ਼ਜ਼ਾਂ ਨਾਲ ਮੈਂ ਇਸ ਸਮੇਂ ਤੇ ਸਾਰੇ ਜਿੰਨੇ ਤੁਸੀਂ ਇੱਥੇ ਵੀਰ ਆਏ ਹੋ ਸਾਰਿਆਂ ਦਾ तहे ਦਿਲੋਂ ਧੰਨਵਾਦ ਕਰਦਾ ਖਾਸ ਕਰ ਸਾਰੀ ਲੀਡਰਸ਼ਿਪ ਸਾਰੀ ਇਕੱਠੀ ਹੋਈ ਹੈ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਔਰ ਕੱਲੇ-ਕੱਲੇ ਦਾ ਨਾਮ ਲਵਾਂਗਾ ਭੁੱਲ ਜਾਵਾਂਗਾ ਮੈਂ ਸਭ ਦਾ ਧੰਨਵਾਦ ਕਰਕੇ ਸਾਰਿਆਂ ਨੂੰ ਇਸ ਇਕਤਾ ਦੇ ਵਿੱਚ ਇਕੱਠੇ ਹੋਣ ਤੇ ਵਧਾਈ ਦਿੰਦਾ ਹੋਇਆ ਤੇ ਗੁਰੂ ਕੋਲ ਅਰਦਾਸ ਕਰਦਾ ਗੁਰੂ ਕਿਰਪਾ ਕਰੇ ਸਾਡੀ ਇਕਤਾ ਹੋਰ ਸ਼ਕਤੀਸ਼ਾਲੀ ਹੋਵੇ ਹੋਰ ਵੀ ਜਿਹੜੇ ਵੀ ਆਸੇ-ਪਾਸੇ ਨੇ ਉਹਨਾਂ ਨੂੰ ਵੀ ਗੁਰੂ ਸਮੱਤ ਦੇਵੇ ਅੱਜ ਇਸ ਮਾਥ ਦੇ ਉੱਤੇ ਧਰਮ ਦੀ ਸੰਕਟ ਦੀ ਘੜੀ ਚ ਆ ਕੇ ਇਸ ਇਕਤਾ ਸ਼ਾਮਲ ਹੋਣ ਤਾਂ ਕਿ ਅਸੀਂ ਇਕੱਠੇ ਹੋ ਕੇ ਸਰਕਾਰ ਦਾ ਜੋ ਜ਼ੁਲਮ ਕਰ ਰਹੀ ਹੈ ਉਹਦਾ ਟਾਕਰਾ ਕਰ ਸਕੀਏ ਇਹਨਾਂ ਲਫ਼ਜ਼ਾਂ ਨਾਲ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ